ਭਾਜਪਾ ਦੇ ਸੀਨੀਅਰ ਆਗੂ ਅਤੇ ਚੋਣ ਪ੍ਰਚਾਰ ਦੇ ਮੈਂਬਰ ਅਵਿਨਾਸ਼ ਰਾਏ ਖੰਨਾ ਅੰਮ੍ਰਿਤਸਰ ਵਿਖੇ ਵਰਕਰਾਂ ਦੇ ਨਾਲ ਬੈਠਕ ਕਰਨ ਲਈ ਪਹੁੰਚੇ। ਇੱਥੇ ਉਹਨਾਂ ਇਹ ਕਿਹਾ ਕਿ ਵਿਰੋਧੀਆਂ ਕੋਲ ਸਾਡੇ ਖਿਲਾਫ ਬੋਲਣ ਲਈ ਕੋਈ ਵੀ ਮੁੱਦਾ ਨਹੀਂ ਹੈ, ਇਸੇ ਲਈ ਪੀਐਮ ਮੋਦੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਥੇ ਬੀਜੇਪੀ ਦੇ ਕੌਮੀ ਸਕੱਤਰ ਅਤੇ ਵਿਧਾਨ ਸਭਾ ਹਲਕਾ ਇੰਚਾਰਜ ਤਰੁਣ ਚੁੱਗ ਨੇ ਇਹ ਗੱਲ ਕਹੀ ਕਿ ਕਾਂਗਰਸ ਬੀਜੇਪੀ ਉੱਤੇ ਧਰਮ ਦੀ ਸਿਆਸਤ ਦਾ ਇਲਜ਼ਾਮ ਲਾਉਂਦੀ ਹੈ, ਪਰ ਸਭ ਤੋਂ ਜ਼ਿਆਦਾ ਧਰਮ ਦੀ ਸਿਆਸਤ ਇਹਨਾਂ ਨੇ ਹੀ ਕੀਤੀ ਹੈ। ਸਿੱਖ ਕਤਲੇਆਮ ਤੋਂ ਬਾਅਦ ਇਹਨਾਂ ਸਿਆਸੀ ਹਿੱਤ ਪੂਰੇ ਕਰਨ ਦੇ ਲਈ ਹਮੇਸ਼ਾ ਧਰਮ ਦਾ ਸਹਾਰਾ ਲਿਆ ਹੈ। ਦੇਖੋ, ਵਿਰੋਧੀਆਂ ਕੋਲ ਜਿਹੜਾ ਵੀ ਅੱਜ ਕੋਈ ਗੱਲ ਕਹਿਣ ਨੂੰ ਸਾਡੇ ਸਰਕਾਰ ਦੇ ਖਿਲਾਫ ਹੈ ਨਹੀਂ, ਨਾ ਪੰਜਾਬ ਨਾ ਕੇਂਦਰ। ਜੋ ਕੰਮ ਮੋਦੀ ਸਾਹਿਬ ਨੇ 2.5 ਸਾਲ 'ਚ ਕੀਤੇ ਹੈ, ਸ਼ਾਇਦ ਕਾਂਗਰਸ ਉਹ ਕੰਮ 70 ਸਾਲ 'ਚ ਵੀ ਨਹੀਂ ਕਰ ਪਾਈ। ਜੋ ਇੱਕ ਸਟਰੋਂਗ ਪ੍ਰਧਾਨ ਮੰਤਰੀ ਇੱਕ ਅੱਛੇ ਡਿਸੀਜਨ ਲੈ ਸਕਦਾ ਦੇਸ਼ ਹਿੱਤ ਵਾਸਤੇ, ਉਹ ਲਏ ਨੇ, ਇਕੱਲੇ ਲਏ ਨੇ, ਉਹਨੂੰ ਇੰਪਲੀਮੈਂਟ ਵੀ ਕੀਤਾ। ਲੇਕਿਨ ਅੱਜ ਅਫਸੋਸ ਹੈ ਕਿ ਓਪੋਜੀਸ਼ਨ ਪਾਰਟੀਜ਼, ਜਿਹਨਾਂ ਕੋਲ ਹੋਰ ਕੋਈ ਮੁੱਦਾ ਹੈ ਨਹੀਂ, ਉਹ ਸਿਰਫ ਇੱਕ ਵਿਅਕਤੀ ਵਿਸ਼ੇਸ਼ ਦੇ ਖਿਲਾਫ ਐਸੀਆਂ ਕੁਝ ਗੱਲਾਂ ਕਰਕੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ। ਲੇਕਿਨ ਜਨਤਾ ਨੇ ਉਹਦਾ ਜਵਾਬ ਆਪਣੀਆਂ ਵੋਟਾਂ ਪਾ ਕੇ ਦੇ ਦਿੱਤਾ। ਜੇ ਨੋਟਬੰਦੀ ਦੀ ਗੱਲ ਕਰੀਏ ਤਾਂ ਸਭ ਤੋਂ ਰੀਸੈਂਟ ਇਲੈਕਸ਼ਨ ਚੰਡੀਗੜ੍ਹ ਦਾ, ਜਿੱਥੇ ਮੁਲਾਜ਼ਮ ਵੀ ਰਹਿੰਦੇ ਨੇ, ਪੈਨਸ਼ਨਰ ਵੀ ਰਹਿੰਦੇ ਨੇ, ਦੁਕਾਨਦਾਰ ਵੀ ਰਹਿੰਦੇ ਨੇ, ਇੰਡਸਟਰੀਸ ਵੀ ਰਹਿੰਦੇ ਨੇ, ਕਿਸਾਨ ਵੀ ਰਹਿੰਦੇ ਨੇ, ਪਿੰਡਾਂ ਦੇ ਖੇਤਰ ਵੀ ਹੈ। ਇੱਕ ਉਹ ਸੈਂਪਲ ਅਸੀਂ ਕਹਿ ਸਕਦੇ ਹਾਂ ਲੋਕਾਂ ਦਾ ਇਲੈਕਸ਼ਨ, ਜਿਹਨੇ ਨੋਟਬੰਦੀ ਤੋਂ ਬਾਅਦ ਇੱਕ ਕਲੀਨ ਸਵੀਪ ਦੇ ਤੌਰ 'ਤੇ ਭਾਰਤੀ ਜਨਤਾ ਪਾਰਟੀ ਨੂੰ ਸੀਟਾਂ ਦਿੱਤੀਆਂ, ਔਰ ਬਹੁਤ ਵੱਡਾ ਹੁੰਗਾਰਾ ਸਾਨੂੰ ਉੱਥੋਂ ਮਿਲਿਆ। ਜਿਸ ਵਿਧਾਇਕ ਨੇ ਵੀ ਇਹ ਤੁਲਨਾ ਕੀਤੀ ਹੈ, ਜਾਂ ਤਾਂ ਉਹ ਹਿਟਲਰ ਨੂੰ ਨਹੀਂ ਜਾਣਦਾ ਜਾਂ ਮੋਦੀ ਨੂੰ ਜਾਣਦਾ, ਉਹਦੀ ਨਾ ਸਮਝੀ ਹੈ ਕਿ ਕਿਸ ਵਿਅਕਤੀ ਨੂੰ ਕਿਸ ਵਿਅਕਤੀ ਨਾਲ ਕੰਪੈਰੀਜ਼ਨ ਕਰਨਾ। ਜਿਸ ਵਿਅਕਤੀ ਦਾ ਹਿੰਦੁਸਤਾਨ ਹੀ ਦੁਨੀਆ ਦੇ ਵਿੱਚ ਵੀ ਇੰਨਾ ਮਾਨ ਸਨਮਾਨ ਹੈ, ਉਸ ਬਾਰੇ ਕੋਈ ਅਪਸ਼ਬਦ ਬੋਲਣਾ, ਮੈਂ ਸਮਝਦਾ ਇਹ ਵਿਅਕਤੀ ਦਾ ਨਹੀਂ, ਇੱਕ ਦੇਸ਼ ਦਾ ਅਪਮਾਨ ਹੈ। ਦੇਖੋ, ਦੰਗੇ 84 ਦੇ ਕੋਈ ਧਾਰਮਿਕ ਮੁੱਦਾ ਨਹੀਂ, ਉਹ ਕਤਲੋ ਗਾਰਤ ਦਾ ਮੁੱਦਾ। ਕਾਂਗਰਸ ਨੇ ਪੰਜਾਬੀਆਂ ਦੇ ਗਲਿਆਂ 'ਚ ਟਾਇਰ ਪਾ ਕੇ ਉੱਥੇ ਸਾੜਿਆ। ਦੇਸ਼ ਦੇ ਇੱਕ ਐਸੇ ਪ੍ਰਧਾਨ ਮੰਤਰੀ ਜਿਹਨੇ ਆਵਾਹਨ ਕੀਤਾ ਰਾਜੀਵ ਗਾਂਧੀ ਕਿ ਫੜ ਲਓ ਫੜ ਲਓ, ਔਰ ਉਹਦੇ ਨਾਲ ਹਜ਼ਾਰਾਂ ਪੰਜਾਬੀ ਦਿੱਲੀ 'ਚ ਮਾਰੇ ਗਏ। ਉਹ ਜ਼ਖਮ ਨੇ ਪੰਜਾਬੀਆਂ ਦੇ, ਉਹਨੂੰ ਰਿਲੀਜਨ ਨਾਲ ਨਾ ਜੋੜੋ। ਜਦੋਂ ਕਾਂਗਰਸ ਸਾਹਮਣੇ ਆਏਗੀ, ਲੋਕਾਂ ਦੇ ਜ਼ਖਮ ਹਰੇ ਹੁੰਦੇ ਨੇ, ਔਰ ਕਾਂਗਰਸ ਨੇ ਅੱਜ ਤੱਕ ਉਹਨਾਂ ਜ਼ਖਮਾਂ ਨੂੰ ਖਰੀਦਿਆ ਹੀ ਹੈ। ਕਾਂਗਰਸ ਨੇ ਕਦੀ ਸੱਜਣ ਕੁਮਾਰ ਨੂੰ ਪ੍ਰਮੋਸ਼ਨ ਦੇ ਕੇ, ਕਦੀ ਜਗਦੀਸ਼ ਟਾਈਟਲਰ ਨੂੰ ਪ੍ਰਮੋਸ਼ਨ ਦੇ ਕੇ ਇਹ ਸਾਰੇ ਕੰਮ ਕੀਤੇ ਨੇ, ਜਿਹਨੂੰ ਜਨਤਾ ਬਰਦਾਸ਼ਤ ਨਹੀਂ ਕਰੇਗੀ।